ਮਾਰਨਿੰਗ ਸਟੂਡੈਂਟਸ ਟੂਡੇ ਵੀ ਡੂ 7 ਚੈਪਟਰ ਐਗਰੀਗੇਟ ਡਿਮਾਂਡ ਐਂਡ ਐਗਰੀਗੇਟ ਸਪਲਾਈ ਐਗਰੀਗੇਟ ਡਿਮਾਂਡ ਮੀਨਸ ਕੁੱਲ ਮੰਗ ਤੇ ਐਗਰੀਗੇਟ ਸਪਲਾਈ ਮੀਨਸ ਕੁੱਲ ਪੂਰਤੀ ਮਾਈਕਰੋ ਇਕਨੋਮਿਕਸ ਦੇ ਵਿੱਚ ਆਪਾਂ ਸਟੱਡੀ ਕੀਤਾ ਹੋਇਆ ਕਿ ਸਿੰਪਲ ਡਿਮਾਂਡ ਇੰਡੀਵਿਜੂਅਲ ਡਿਮਾਂਡ ਐਂਡ ਮਾਰਕੀਟ ਡਿਮਾਂਡ ਇੰਡੀਵਿਜੂਅਲ ਡਿਮਾਂਡ ਕੀ ਹਿੰਦੀ ਹੈ ਇੱਕ ਵਿਅਕਤੀ ਦੀ ਮੰਗ ਜਾਂ ਇੱਕ ਫਾਰਮ ਦੀ ਮੰਗ ਮਾਰਕੀਟ ਡਿਮਾਂਡ ਕੀ ਹਿੰਦੀ ਹੈ ਕਿ ਪੂਰੇ ਬਾਜ਼ਾਰ ਵਿੱਚ ਸਾਰੇ ਵਿਅਕਤੀਆਂ ਦੁਆਰਾ ਕੀਤੀ ਗਈ ਮੰਗ ਠੀਕ ਹੈ ਇਹ ਮਾਰਕੀਟ ਡਿਮਾਂਡ ਤੇ ਇੰਡੀਵਿਜੂਅਲ ਡਿਮਾਂਡ ਮਾਈਕਰੋ ਇਕਨੋਮਿਕਸ ਦੇ ਵਿੱਚ ਪੜਿਆ ਸੀਗਾ ਬਟ ਹੁਣ ਆਪਾਂ ਐਗਰੀਗੇਟ ਡਿਮਾਂਡ ਪੜਨੀ ਹੈ ਜਿਹੜੀ ਕਿ ਨੈਸ਼ਨਲ ਲੈਵਲ ਤੇ ਦੇਖੀ ਜਾਂਦੀ ਹੈ ਠੀਕ ਹੈ ਨੈਸ਼ਨਲ ਲੈਵਲ ਤੇ ਡਿਮਾਂਡ ਦੇ ਕਨਸੈਪਟ ਨੂੰ ਸਟੱਡੀ ਕਰਨਾ ਵੀ ਹੈਵ ਆਲਸੋ ਸਟੱਡੀਡ ਇਨ ਥਿਸ ਚੈਪਟਰ ਔਨ ਨੈਸ਼ਨਲ ਇਨਕਮ 댓 ਇਜ਼ ਅ 댓 ਵਾਟ ਇਜ਼ ਆਰਨਡ ਇਜ਼ ਸਪੈਂਟ ਕਿ ਕੀ ਆਰਨ ਕੀਤੀ ਜਾਂਦੀ ਹੈ ਤੇ ਕਿੰਨੀ ਖਪਤ ਕੀਤੀ ਜਾਂਦੀ ਹੈ ਠੀਕ ਹੈ ਥਿਸ ਐਕਸਪੈਂਡੀਚਰ ਇਜ਼ ਆਫ 2 ਟਾਈਪਸ प्राइवेट एक्सपेंडिचर एंड इनवैसटमेंट एक्सपेंडिचर खर्चा भी है जो दौ तरह का प्राइवेट एक्सपेंडीचर निजी खर्चा होता एक निवेश खर्चा होता है ठीक है खर्चे दौ तरह के होंगे प्राइवेट एक्सपेंडिचर मीन्स निजी खर्चा त इन्वैसटमेंट एक्सपेंडिचर मीन्वेश खर्चा अगीन एक्सपेंडिचर कैन भी डन बाई पब्लिक ऑन कंजशन और बाई गवर्नमेंट ऑन ऑन रिक्वायरमेंटस ਦੁਬਾਰਾ ਇਹ ਕੀ ਹੈ ਕਿ ਜਿਹੜੇ ਖਰਚੇ ਨੇ ਇੱਕ ਤਾਂ ਪਬਲਿਕ ਦੁਆਰਾ ਕੀਤੇ ਜਾਂਦੇ ਨੇ ਆਪਣੀ ਕੰਜ਼ਮਪਸ਼ਨ ਦੇ ਲਈ ਆਪਣੇ ਉਪੋਕ ਕਰਨ ਦੇ ਲਈ ਦੂਸਰਾ ਸਰਕਾਰ ਦੇ ਦੁਆਰਾ ਕੀਤੇ ਜਾਂਦੇ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ there is also expenditure on the import of goods import ਜਿਹੜੀਆਂ ਆਯਾਤ ਕੀਤੀਆਂ ਜਾਂਦੀਆਂ ਵਸਤੂਆਂ ਨੇ ਉਹਨਾਂ ਤੇ ਵੀ ਖਰਚਾ ਕੀਤਾ ਜਾਂਦਾ those are demanded but are not ਅਵੇਲੇਬਲ ਵਿਦ ਇਨ ਦਾ ਕੰਟਰੀ ਇੰਪੋਰਟ ਗੁੱਡਸ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਣੀ ਕੰਟਰੀ ਚ ਅਵੇਲੇਬਲ ਨਹੀਂ ਹੁੰਦੀਆਂ ਆਪਣੀ ਕੰਟਰੀ ਚ ਉਪਲਬਧ ਨਹੀਂ ਹੁੰਦੀਆਂ ਉਹ ਦੂਸਰੀ ਕੰਟਰੀਜ਼ ਤੋਂ ਇੰਪੋਰਟ ਕੀਤੀਆਂ ਜਾਂਦੀਆਂ ਆਯਾਤ ਕੀਤੀਆਂ ਜਾਂਦੀਆਂ ਦੀਸ ਆਰ ਇੰਪੋਰਟ ਗੁੱਡਸ ਤੇ ਉਹਨਾਂ ਤੇ ਕੀਤੇ ਜਾਣ ਵਾਲੇ ਖਰਚਾ ਵੀ ਨੈਸ਼ਨਲ ਇਨਕਮ ਚ ਆ ਜਾਂਦਾ ਦਿਸ ਐਕਸਪੈਂਡੀਚਰ ਔਨ ਆਲ ਦਾ ਕੈਟਾਗਰੀਜ਼ ਇਜ਼ ਨੋਨ ਐਸ ਐਗਰੀਗੇਟ ਡਿਮਾਂਡ ਇਹਨਾਂ ਸਾਰੀਆਂ ਚੀਜ਼ਾਂ ਤੇ ਜੋ ਖਰਚਾ ਸਰਕਾਰ ਦੁਆਰਾ ਕੀਤਾ ਜਾਂਦਾ ਹੈ ਆਪਣੇ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਦੇ ਲਈ ਜਾਂ ਇੰਪੋਰਟ ਆਫ ਗੁੱਡਸ ਤੇ ਕੀਤਾ ਜਾਂਦਾ ਹੈ ਜਾਂ ਪਬਲਿਕ ਦੁਆਰਾ ਆਪਣੀ ਕੰਜ਼ਮਪਸ਼ਨ ਦੇ ਲਈ ਕੀਤਾ ਜਾਂਦਾ ਹੈ ਜਾਂ ਜਿੰਨੇ ਵੀ ਤਰ੍ਹਾਂ ਦਾ ਪ੍ਰਾਈਵੇਟ ਐਕਸਪੈਂਡੀਚਰ ਜਾਂ ਇਨਵੈਸਟਮੈਂਟ ਐਕਸਪੈਂਡੀਚਰ ਕੀਤਾ ਜਾਂਦਾ ਹੈ ਸਾਰੇ ਖਰਚਿਆਂ ਨੂੰ ਸਾਰੇ ਕਿਹੜੀ ਕੈਟੇਗਰੀ ਚ ਆਉਂਦੇ ਨੇ ਐਗਰੀਗੇਟ ਡਿਮਾਂਡ ਦੀ ਕੈਟੇਗਰੀ ਚ ਆਉਂਦੇ ਨੇ ਏਡੀ ਐਗਰੀਗੇਟ ਡਿਮਾਂਡ ਨੂੰ ਕਿਹਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਕੈਪੀਟਲ ਏਡੀ ਦੇ ਨਾਲ ਠੀਕ ਹੈ ਏਡੀ ਮੀਨਸ ਐਗਰੀਗੇਟ ਡਿਮਾਂਡ ਵਟ ਇਜ਼ ਐਗਰੀਗੇਟ ਡਿਮਾਂਡ ਐਗਰੀਗੇਟ ਡਿਮਾਂਡ ਇਜ਼ ਦਾ ਟੋਟਲ ਡਿਮਾਂਡ ਫਾਰ ਗੁੱਡਸ ਐਂਡ ਸਰਵਿਸਿਜ਼ ਇਨ ਐਨ ਇਕਨੋਮੀ ਇੱਕ ਇਕਨੋਮੀ ਦੇ ਵਿੱਚ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਕੁੱਲ ਮੰਗ ਨੂੰ ਕੀ ਕਿਹਾ ਜਾਂਦਾ ਹੈ ਐਗਰੀਗੇਟ ਡਿਮਾਂਡ ਇਟ ਇਜ਼ ਡਿਫਰੈਂਟ ਫਰਮ ਮਾਰਕੀਟ ਡਿਮਾਂਡ ਇਹ ਮਾਰਕੀਟ ਡਿਮਾਂਡ ਤੋਂ ਤਾਂ ਡਿਫਰੈਂਟ ਹੈ ਬਹੁਤ ਜ਼ਿਆਦਾ ਕਿਉਂਕਿ ਮਾਰਕੀਟ ਡਿਮਾਂਡ ਚ ਅਸੀਂ ਸਾਰੀ ਮਾਰਕੀਟ ਦੇ ਵਿੱਚ ਗੁੱਡਸ ਦੀ ਲੰਨੀ ਹੈ ਡਿਮਾਂਡ ਬਟ ਇਹਦੇ ਵਿੱਚ ਆਲ ਗੁੱਡਸ ਐਂਡ ਸਰਵਿਸਿਸ ਇਨਕਲੂਡ ਹੁੰਦੀਆਂ ਨੇ ਟੋਟਲ ਡਿਮਾਂਡ ਐਗਰੀਗੇਟ ਡਿਮਾਂਡ ਨੂੰ ਟੋਟਲ ਡਿਮਾਂਡ ਵੀ ਕਹਿ ਦਿੰਦੇ ਆ ਤੇ ਇਹਦੇ ਵਿੱਚ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਮੰਗ ਆ ਜਾਂਦੀ ਹੈ ਮਾਰਕੀਟ ਡਿਮਾਂਡ ਰੈਫਰਸ ਟੂ ਦਾ ਡਿਮਾਂਡ ਫਾਰ ਗੁੱਡ ਐਟ ਡਿਫਰੈਂਟ ਪ੍ਰਾਈਸਿਸ ਮਾਰਕੀਟ ਡਿਮਾਂਡ ਦੇ ਵਿੱਚ ਕੀ ਹੈ ਕਿ ਅਲੱਗ-ਅਲੱਗ ਕੀਮਤਾਂ ਤੇ ਵਸਤੂਆਂ ਦੀ ਮੰਗ ਕਿੰਨੀ ਕੀਤੀ ਜਾਂਦੀ ਹੈ ਠੀਕ ਹੈ ਮੰਗ ਇਸ ਦੇ ਹਿਸਾਬ ਨਾਲ ਵੱਧਦੀ ਹੈ ਜਾਂ ਘਟਦੀ ਹੈ ਤਾਂ ਉਹ ਮਾਰਕੀਟ ਡਿਮਾਂਡ ਹੈ ਬਟ ਇਟ ਇਜ਼ ਟੋਟਲ ਡਿਮਾਂਡ ਆਫ ਆਲ ਗੁੱਡਸ ਐਂਡ ਸਰਵਿਸਿਜ਼ ਇਨ ਐਨ ਇਕਨੋਮੀ ਪਰ ਜਿਹੜੀ ਐਗਰੀਗੇਟ ਡਿਮਾਂਡ ਕੀ ਹੈ ਟੋਟਲ ਡਿਮਾਂਡ ਹੈ ਆਲ ਗੁੱਡਸ ਐਂਡ ਸਰਵਿਸਿਜ਼ ਦੀ ਡਿਫਰੈਂਟ ਪ੍ਰਾਈਸਿਸ ਤੇ ਨਹੀਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਜਿੰਨੀ ਕੁੱਲ ਮੰਗ ਇਕਨੋਮੀ ਦੇ ਵਿੱਚ ਕੀਤੀ ਜਾਂਦੀ ਹੈ ਦੈਟ ਇਜ਼ ਨੋਨ ਐਸ ਐਗਰੀਗੇਟ ਡਿਮਾਂਡ ਐਗਰੀਗੇਟ ਡਿਮਾਂਡ ਕੈਨ ਬੀ ਡਿਫਾਈਨਡ ਐਸ ਦਾ ਸਮ ਆਫ ਟੋਟਲ ਡਿਮਾਂਡ ਫਾਰ ਆਲ ਗੁੱਡਸ ਐਂਡ ਸਰਵਿਸਿਜ਼ ਇਨ ਐਨ ਇਕਨੋਮੀ ਡਿਊਰਿੰਗ ਅ ਈਅਰ ਇੱਕ ਸਾਲ ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਵੀ ਪਰਿਭਾਸ਼ਿਤ ਕਰ ਸਕਦੇ ਕਿ ਇੱਕ ਸਾਲ ਦੇ ਵਿੱਚ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਕੁੱਲ ਮੰਗ ਦੇ ਜੋੜ ਨੂੰ ਕੀ ਕਿਹਾ ਜਾਂਦਾ ਐਗਰੀਗੇਟ ਡਿਮਾਂਡ ਥੈਟ ਪੀਪਲ ਵਾਂਟ ਟੂ ਪਰਚੇਸ ਜਿਹੜੀ ਕਿ ਲੋਕ ਖਰੀਦਣਾ ਚਾਹੁੰਦੇ ਨੇ ਉਹਨਾਂ ਚੀਜ਼ਾਂ ਦੀ ਕੁੱਲ ਮੰਗ ਤੇ ਡਿਮਾਂਡ ਸੌਰੀ ਕੁੱਲ ਮੰਗ ਨੂੰ ਕੀ ਕਿਹਾ ਜਾਂਦਾ ਐਗਰੀਗੇਟ ਡਿਮਾਂਡ ਐਗਰੀਗੇਟ ਡਿਮਾਂਡ ਦੇਖੋ ਮੈਕਰੋ ਇਕਨੋਮਿਕਸ ਦੇ ਵਿੱਚ ਦੋ ਤਰ੍ਹਾਂ ਦੀਆਂ ਜਨਰਲ ਪ੍ਰਾਈਸ ਲੈਵਲ ਤੇ ਤੇ ਇਨਕਮ ਲੈਵਲ ਤੇ ਜਿਹੜੀ ਡਿਮਾਂਡ ਹੈ ਉਹ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਇੱਕ ਤਾਂ ਜਨਰਲ ਪ੍ਰਾਈਸ ਲੈਵਲ ਤੇ ਤੇ ਦੂਸਰੀ ਇਨਕਮ ਲੈਵਲ ਤੇ ਇਨਕਮ ਦੇ ਅਕੋਰਡਿੰਗਲੀ ਇਨਕਮ ਦੇ ਅਕੋਰਡਿੰਗ ਵੀ ਆਪਾਂ ਡਿਮਾਂਡ ਕਰਦੇ ਹਾਂ ਨੈਕਸਟ ਕੰਪੋਨੈਂਟਸ ਆਫ ਐਗਰੀਗੇਟ ਡਿਮਾਂਡ ਐਗਰੀਗੇਟ ਡਿਮਾਂਡ ਦੇ ਕੰਪੋਨੈਂਟਸ ਕਿਹੜੇ-ਕਿਹੜੇ ਨੇ ਕੰਪੋਨੈਂਟਸ ਪ੍ਰਾਈਵੇਟ ਕੰਜ਼ਮਪਸ਼ਨ ਐਕਸਪੈਂਡੀਚਰ ਠੀਕ ਹੈ ਪ੍ਰਾਈਵੇਟ ਕੰਜ਼ਮਪਸ਼ਨ ਪ੍ਰਾਈਵੇਟ ਇਨਵੈਸਟਮੈਂਟ ਐਕਸਪੈਂਡੀਚਰ ਗਵਰਨਮੈਂਟ ਕੰਜ਼ਮਪਸ਼ਨ ਐਕਸਪੈਂਡੀਚਰ ਨੈਟ ਐਕਸਪੋਰਟਸ ਠੀਕ ਹੈ ਇਹ ਫੋਰ ਇਹਦੇ ਕੰਪੋਨੈਂਟਸ ਨੇ ਪ੍ਰਾਈਵੇਟ ਕੰਜ਼ਮਪਸ਼ਨ ਐਕਸਪੈਂਡੀਚਰ ਕੀ ਹੈ ਕਿ ਨਿੱਜੀ ਉਪੋਖ ਖਰਚ ਠੀਕ ਹੈ ਨਿੱਜੀ ਉਪੋਖ ਖਰਚ ਜਿਹੜਾ ਕਿ ਆਮ ਪਬਲਿਕ ਦੁਆਰਾ ਕੀਤਾ ਜਾਂਦਾ ਆਮ ਲੋਕਾਂ ਦੁਆਰਾ ਆਪਣੇ ਉਪੋਗ ਦੇ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਖਰਚ ਕੀਤਾ ਜਾਂਦਾ ਉਹ ਵੀ ਐਗਰੀਗੇਟ ਡਿਮਾਂਡ ਦੇ ਵਿੱਚ ਇਨਕਲੂਡ ਹੁੰਦਾ ਹੈ ਨੈਕਸਟ ਪ੍ਰਾਈਵੇਟ ਇਨਵੈਸਟਮੈਂਟ ਐਕਸਪੈਂਡੀਚਰ ਕਿ ਜੋ ਨਿੱਜੀ ਕੰਜ਼ਿਊਮਰ ਨੇ ਉਹ ਇਨਵੈਸਟਮੈਂਟ ਦੇ ਲਈ ਖਰਚ ਕਰਦੇ ਨੇ ਇਨਵੈਸਟਮੈਂਟ ਕਰਨ ਦੇ ਲਈ ਮੀਨਸ ਆਪਣੀ ਇਨਕਮ ਨੂੰ ਹੋਰ ਇਨਕਰੀਜ਼ ਕਰਨ ਦੇ ਲਈ ਅੱਗੇ ਖਰਚ ਕਰਦੇ ਨੇ ਉਹ ਵੀ ਐਗਰੀਗੇਟ ਡਿਮਾਂਡ ਦੇ ਵਿੱਚ ਇਨਕਲੂਡ ਹੁੰਦਾ ਕਿਉਂਕਿ ਉਹ ਵੀ ਇੱਕ ਡਿਮਾਂਡ ਕੀਤੀ ਜਾਂਦੀ ਹੈ ਚਾਹੇ ਨਿਊ ਮਸ਼ੀਨਰੀ ਦੀ ਹੋਵੇ ਚਾਹੇ ਪ੍ਰਾਪਰਟੀ ਦੀ ਹੋਵੇ ਜਿਦੀ ਮਰਜ਼ੀ ਹੋਵੇ ਉਹ ਡਿਮਾਂਡ ਕੀਤੀ ਜਾਂਦੀ ਹੈ ਤੇ ਉਹ ਐਗਰੀਗੇਟ ਡਿਮਾਂਡ ਦੇ ਵਿੱਚ ਇਨਕਲੂਡ ਹੋਊਗੀ ਨੈਕਸਟ ਗਵਰਨਮੈਂਟ ਐਕਸਪੈਂਡੀਚਰ ਗਵਰਨਮੈਂਟ ਕੰਜ਼ਮਪਸ਼ਨ ਸਰਕਾਰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜੋ ਖਰਚ ਕਰਦੀ ਹੈ ਉਹ ਵੀ ਐਗਰੀਗੇਟ ਡਿਮਾਂਡ ਦਾ ਇੱਕ ਹਿੱਸਾ ਹੈ ਨੈਟ ਐਕਸਪੋਰਟ ਨੈਟ ਐਕਸਪੋਰਟ ਕਿਵੇਂ ਫਾਇੰਡ ਹੁੰਦੇ ਨੇ ਐਕਸਪੋਰਟ ਮਾਈਨਸ ਇੰਪੋਰਟ ਐਕਸਪੋਰਟ ਦੇ ਵਿੱਚੋਂ ਇੰਪੋਰਟ ਨੂੰ ਮਾਈਨਸ ਕਰ ਦਾਂਗੇ ਥੈਟ ਇਜ਼ ਨੈਟ ਐਕਸਪੋਰਟ ਤੇ ਨੈਟ ਐਕਸਪੋਰਟ ਵੀ ਕਿਹਦੇ ਚ ਇਨਕਲੂਡ ਹੋਣਗੇ ਐਗਰੀਗੇਟ ਡਿਮਾਂਡ ਦਾ ਹਿੱਸਾ ਹੋਣਗੇ ਸੋ ਐਗਰੀਗੇਟ ਡਿਮਾਂਡ ਨੂੰ रिप्रेजेंट कर सकते प्लस आई प्लस जी प्लस एक्स माइनस एम सी मीनस एक्सपेंडिचर प्राइवेट कंजम्पशन एक्सपेंडिचर आई मीनस प्राइवेट इन्वेस्टमेंट एक्सपेंडिचर जी मीनस गवर्नमेंट कंजम्पशन एक्सपेंडिचर एक्स मीनस एक्सपोर्ट एंड एम मीनस इम्पोर्ट ये सारे किनू रिप्रेजेंट करते हैं एग्रीकेट डिमांड में सारे एग्रीके डिमांड के कॉम्पोनेंट्स ने ठीक है ਨੈਕਸਟ ਐਗਰੀਗੇਟ ਡਿਮਾਂਡ ਇਨ ਅ ਰਿਲੇਸ਼ਨ ਟੂ ਜਨਰਲ ਪ੍ਰਾਈਸ ਲੈਵਲ ਜਨਰਲ ਪ੍ਰਾਈਸ ਲੈਵਲ ਤੇ ਐਗਰੀਗੇਟ ਡਿਮਾਂਡ ਦਾ ਕੀ ਰਿਲੇਸ਼ਨ ਹੈ ਮਾਈਕਰੋ ਇਕਨੋਮਿਕਸ ਦੇ ਵਿੱਚ ਕੀ ਆ ਤਾਂ ਡਿਮਾਂਡ ਫॉर ਅ ਕਾਮੋਡਿਟੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਪ੍ਰਾਈਸ ਆਫ ਅ ਕਾਮੋਡਿਟੀ ਮਾਈਕਰੋ ਇਕਨੋਮਿਕਸ ਦੇ ਵਿੱਚ ਦੇਖੋ ਕੀ ਹੁੰਦਾ ਪ੍ਰਾਈਸ ਐਂਡ ਡਿਮਾਂਡ ਜਿਵੇਂ ਜਿਵੇਂ ਪ੍ਰਾਈਸਸ ਇਨਕਰੀਜ਼ ਹੁੰਦੀ ਜਾਂਦੀ ਹੈ ਠੀਕ ਹੈ ਇਨਕਰੀਜ਼ ਹੁੰਦੀ ਜਾਂਦੀ ਹੈ ਪ੍ਰਾਈਸ ਤਾਂ ਡਿਮਾਂਡ ਘਿੰਦੀ ਜਾਂਦੀ ਹੈ ਡਿਕਰੀਸ ਪ੍ਰਾਈਸ ਇਨਕਰੀਸ ਤਾਂ ਡਿਮਾਂਡ ਡਿਕਰੀਸ ਹੁੰਦੀ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਉਲਟਾ ਜੇ ਪ੍ਰਾਈਸਿਸ ਇਨ ਡਿਕਰੀਸ ਹੁੰਦੀਆਂ ਨੇ ਤਾਂ ਡਿਮਾਂਡ ਕਿਹਨਾਂ ਲੱਜਦੀ ਆ ਆਪ ਹੋਣ ਲੱਗ ਜਾਂਦੀ ਆ ਮੀਨਸ ਇਨਕਰੀਸ ਹੋਣ ਲੱਗ ਜਾਂਦੀ ਆ ਠੀਕ ਹੈ ਇਨ ਮੈਕਰੋ ਇਕਨੋਮਿਕਸ ਵੀ ਕੈਨ ਜਰਨਲਾਈਜ਼ 댓 ਡਿਮਾਂਡ ਫੋਰ ਆਲ ਗੁੱਡਸ ਐਂਡ ਸਬਸਿਸ ਇਨਵਰਸਲੀ ਪ੍ਰੋਪੋਰਸ਼ਨਲ ਟੂ ਪ੍ਰਾਈਸ ਲੈਵਲ ਤਾਂ ਇਹਦੇ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਆ ਕਿ ਪੂਰੀ ਇਕ ਇਕਨੋਮੀ ਲੈਵਲ ਤੇ ਜਿਹੜੀ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਡਿਮਾਂਡ ਹੈ ਉਹ ਵੀ ਇਨਵਰਸਲੀ ਪ੍ਰੋਪੋਰਸ਼ਨਲ ਹੋਊਗੀ ਕਿਦੇ ਪ੍ਰਾਈਸ ਲੈਵਲ ਦੇ ਕੀਮਤ ਦੇ ਨਾਲ ਉਹਦਾ ਵੀ ਉਲਟ ਸਬੰਧ ਹੋਊਗਾ ਕਿਉਂਕਿ ਜੇ ਇੰਡੀਵਿਜੂਅਲ ਲੈਵਲ ਤੇ ਜਾਂ ਮੈਕਰੋ ਲੈਵਲ ਤੇ ਡਿਮਾਂਡ ਔਰ ਪ੍ਰਾਈਸ ਦਾ ਇਨਵਰਸ ਰਿਲੇਸ਼ਨ ਹੈ ਤਾਂ ਮੈਕਰੋ ਇਕਨੋਮਿਕਸ ਤੇ ਵਿੱਚ ਵੀ ਇਨਵਰਸ ਰਿਲੇਸ਼ਨ ਹੀ ਹੋਊਗਾ ਠੀਕ ਹੈ ਨੈਕਸਟ ਮਾਈਕਰੋ ਇਕਨੋਮਿਕ ਡਿਮਾਂਡ ਕਰਵ ਕਿੱਦਾਂ ਦੀ ਹੁੰਦੀ ਆ ਅਪ ਟੂ ਡਾਊਨ ਲੈਫਟ ਟੂ ਰਾਈਟ ਠੀਕ ਹੈ ਐਕਸ ਐਕਸਿਸ ਤੇ ਕੁਆਂਟੀਟੀ ज डिमांड और वाई एक्सते प्राइस, जिदा जिदा प्राइस इनक्रीज़ होगी डिमांड की होंगी कि घटती गई प्राइस इनक्रीज़ दिस इज़ प्राइज एंड दिस इज़ क्वानटिटी प्राइस डिक्रीज कंटिटटी इनक्रीज प्राइस डिक्रीज होगी क्वानटिटी इनक्रीज होगी सेम प्राइस डिक्रीज होटिटी इनक्रीज हो ठीक है तो इस तरीके प्राइस और डिमांड का कि रिलेन है नैगेटिव रिलेन है उल्ट रिलेन है इनवर्स रिलेन है सेम ਇਧੇ ਐਗਰੀਗੇਟ ਡਿਮਾਂਡ ਕਰਵ ਦਾ ਵੀ ਉਲਟਾ ਹੋਊਗਾ ਐਗਰੀਗੇਟ ਡਿਮਾਂਡ ਐਂਡ ਪ੍ਰਾਈਸ ਲੈਵਲ ਜਿੱਦਾਂ ਜਿੱਦਾਂ ਪ੍ਰਾਈਸ ਇਨਕਰੀਜ਼ ਹੋਈ ਐਗਰੀਗੇਟ ਡਿਮਾਂਡ ਵੀ ਡਿਕਰੀਜ਼ ਹੁੰਦੀ ਠੀਕ ਹੈ ਐਗਰੀਗੇਟ ਡਿਮਾਂਡ ਇਨ ਰਿਲੇਸ਼ਨ ਟੂ ਇਨਕਮ ਲੈਵਲ ਇਨਕਮ ਲੈਵਲ ਤੇ ਹੁਣ ਕਿਦਾਂ ਇਟ ਰੈਫਰਸ ਟੂ ਡਿਮਾਂਡ ਫਾਰ ਆਲ ਗੁੱਡਸ ਐਂਡ ਸਰਵਿਸਿਜ਼ ਇਨ ਦਾ ਇਕਨੋਮੀ ਐਟ ਡਿਫਰੈਂਟ ਲੈਵਲਸ ਆਫ ਦਾ ਇਨਕਮ ਇਨਕਮ ਦੇ ਡਿਫਰੈਂਟ ਲੈਵਲ ਤੇ ਡਿਮਾਂਡ ਦਾ ਕੀ ਰਿਲੇਸ਼ਨ ਹੈ ਡਿਮਾਂਡ ਅੱਪ ਹੋਊਗੀ ਜਾਂ ਡਾਊਨ ਹੋਊਗੀ ਅਪਨ ਬਤਾ ਕਿ ਜਿਵੇਂ ਜਿਵੇਂ ਆਪਣੀ ਇਨਕਮ ਵਧਦੀ ਜਾਂਦੀ ਹੈ ਆਪਣੀਆਂ ਡਿਜ਼ਾਇਰਸ ਵਧਦੀਆਂ ਜਾਂਦੀਆਂ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਸਾਡੀ ਡਿਮਾਂਡ ਵੀ ਵਧਦੀ ਜਾਂਦੀ ਹੈ ਤੇ ਇਸ ਤਰੀਕੇ ਨਾਲ ਆਪ ਇਹ ਕਹਿ ਸਕਦੇ ਕਿ ਇਨਕਮ ਦਾ ਡਿਮਾਂਡ ਦੇ ਨਾਲ ਪੋਜ਼ਿਟਿਵ ਰਿਲੇਸ਼ਨ ਹੈ ਠੀਕ ਹੈ ਪੋਜ਼ਿਟਿਵ ਰਿਲੇਸ਼ਨ ਹੈ ਕਿ ਜਿੱਦਾਂ ਜਿੱਦਾਂ ਇਨਕਮ ਇਨਕਰੀਜ਼ ਹੁੰਦੀ ਜਾਊਗੀ ਇਨਕਮ ਇਸ ਰਿਪਰੈਜ਼ੈਂਟਡ ਬਾਈ Y Y ਦੇ ਨਾਲ ਰਿਪਰੈਜ਼ੈਂਟ ਕੀਤੀ ਜਾਂਦੀ ਹੈ ਤੇ ਜਿੱਦਾਂ ਜਿੱਦਾਂ ਇਨਕਮ ਇਨਕਰੀਜ਼ ਹੁੰਦੀ ਜਾਊਗੀ ਡਿਮਾਂਡ ਵੀ ਇਨਕਰੀਜ਼ ਹੁੰਦੀ ਜਾਊਗੀ ਕਿਉਂਕਿ ਹਿਊਮਨ ਵਾਂਟਸ ਅਨਲਿमिटेड ਨੇ ਉਹਨਾਂ ਨੂੰ ਪੂਰਾ ਕਰਨ ਦੇ ਸਾਧਨ ਕੀ ਨੇ ਲਿਮਟਿਡ ਨੇ ਤਾਂ ਇਸ ਤਰੀਕੇ ਨਾਲ ਜਿਵੇਂ ਜਿਵੇਂ ਇੱਕ ਪਰਸਨ ਦੀ ਇਨਕਮ ਵੱਧਦੀ ਜਾਂਦੀ ਹੈ ਤਾਂ ਉਹ ਆਪਣੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਅੱਗੇ ਵਧਦਾ ਜਾਂਦਾ ਤਾਂ ਇਸ ਤਿਕਾ ਆਪਣੀ ਡਿਮਾਂਡ ਨੂੰ ਪੂਰੀ ਕਰਨਾ ਚਾਹੁੰਦਾ ਆਪਣੀਆਂ ਡਿਜ਼ਾਇਰਸ ਨੂੰ ਫੁੱਲਫਿਲ ਕਰਨਾ ਚਾਹੁੰਦਾ ਜਿਹਦੇ ਕਰਕੇ ਉਹ ਡਿਮਾਂਡ ਵਧਾਉਂਦਾ ਜਾਂਦਾ ਤਾਂ ਇਸ ਤਰੀਕੇ ਨਾਲ ਜੋ ਐਗਰੀਗੇਟ ਡਿਮਾਂਡ ਹੈ ਇਹਦੇ ਵਿੱਚ ਕਦੇ ਵੀ ਜ਼ੀਰੋ ਤੋਂ ਸਟਾਰਟ ਨਹੀਂ ਹੋਊਗੀ ਠੀਕ ਹੈ ਕਿਉਂਕਿ ਇਨਕਮ ਲੈਵਲ ਚਾਹੇ ਸਾਡਾ ਜ਼ੀਰੋ ਹੋਵੇ ਡਿਮਾਂਡ ਅਸੀਂ ਤਾਂ ਹੀ ਕਰਦੇ ਹਾਂ नसैसरी थिंगज़्स के लिए डिमांड होंगी है चाहे असी अपन पुरानी सेविंगज़ के डिमांड करिए डिमांड करा ठीक है, है? जब किसी तो बोरो करके भी डिमांड कर सदै इस करके एगरी के डिमांड है जो जो इकोनमी लैवल तो ऑल गुड्स एंड सर्विसिज डिमांड है वह कदम भी जीरो तो स्टार्ट नहीं होगी ओ अपार्ट तो होगी ठीक है क्यों होगी क्योंकि नसैसरी थिंग्स के लिए असली डिमांड करते ही करते हैं चाहे इनकम लैवल जीरो होिमांड की जाती है ਤੇ ਇਸ ਕਰਕੇ ਡਿਮਾਂਡ ਇੱਥੋਂ ਨਾਲ ਸਟਾਰਟ ਹੋ ਕੇ ਅਪ ਸਟਾਰਟ ਹੋਊਗੀ ਠੀਕ ਹੈ ਤੇ ਜਿੱਦਾਂ ਜਿੱਦਾਂ ਇਨਕਮ ਇਨਕਰੀਜ਼ ਹੁੰਦੀ ਜਾਊਗੀ ਡਿਮਾਂਡ ਵੀ ਇਨਕਰੀਜ਼ ਹੁੰਦੀ ਜਾਊਗੀ ਜਦੋਂ ਫੁੱਲ ਇੰਪਲॉयਮੈਂਟ ਲੈਵਲ ਆ ਜਾਊਗਾ ਫੁੱਲ ਇੰਪਲॉयਮੈਂਟ ਲੈਵਲ ਤੇ ਐਗਰੀਗੇਟ ਡਿਮਾਂਡ Y ਐਕਸਿਸ ਦੇ ਪੈਰਲਰ ਹੋ ਚੁਗੀ ਠੀਕ ਹੈ